देखो सर, बहुत गली बहुत हो गया, मुझे आते तो। ਹਾਂਜੀ ਸਰ, ਪਿੰਡ ਵਾਸੀਆਂ ਨੇ ਅਤੇ ਬਰਿੰਦਰਮੀਤ ਸਿੰਘ ਪਾੜਾ ਨੇ, ਵਿਧਾਇਕ ਨੇ ਤੁਹਾਨੂੰ ਸਰਬਸੰਮਤੀ ਨਾਲ ਸਰਪੰਚੀ ਦੀ ਜ਼ਿੰਮੇਵਾਰੀ ਸੌਂਪੀ ਹੈ, ਤੁਹਾਡਾ ਇਸ ਉੱਪਰ ਕੀ ਕਹਿਣਾ ਹੈ? ਮੈਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਬਰਿੰਦਰਮੀਤ ਸਿੰਘ ਪਾੜਾ ਅਤੇ ਉਹਨਾਂ ਦੇ ਫਾਦਰ ਸਰਦਾਰ ਗੁਰਨੀਤ ਸਿੰਘ ਪਾੜਾ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਬਹੁਤ ਜ਼ਿਆਦਾ ਧੰਨਵਾਦ ਕਰਦਾ ਔਰ ਮੇਰੇ ਪਿੰਡ ਦਾ ਉਹਨਾਂ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਔਰ ਜਿੰਨਾ ਕਿ ਉਹਨਾਂ ਨੇ ਪਿੰਡ ਕੀਤਾ ਕੰਮ ਕਰਤਾ 1.5 ਸਾਲ ਦੇ ਵਿੱਚ, ਇੰਨਾ ਮੇਰਾ ਖਿਆਲ ਹੈ ਕਿ 10 ਸਾਲਾਂ 'ਚ ਇੰਨਾ ਕੰਮ ਨਹੀਂ ਹੋਇਆ ਪਹਿਲਾਂ ਪਿੰਡ ਛੱਡ 'ਚ ਔਰ ਮੈਂ ਗਾੜੀ ਵੀ ਉਮੀਦ ਕਰਦਾ ਕਿ ਮੈਨੂੰ ਉਹ ਗ੍ਰਾਂਟਾਂ ਦੇਣਗੇ, ਪੈਸੇ ਦੇਣਗੇ, ਪਿੰਡ 1 ਨੰਬਰ 'ਤੇ ਲੈ ਕੇ ਆਵਾਂਗੇ ਔਰ ਪਿੰਡ ਦਾ ਵੀ ਬਹੁਤ ਜ਼ਿਆਦਾ ਮੈਨੂੰ ਸੰਯੋਗ ਆ ਔਰ ਪਿੰਡ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਆ, ਬਿਲਕੁਲ ਮੇਰੇ ਨਾਲ ਆ ਸਾਰਾ ਪਿੰਡ ਔਰ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਤੁਰਾਂਗੇ, ਉਮੀਦ ਆ ਵੀ ਅਸੀਂ ਪਿੰਡ 1 ਨੰਬਰ 'ਤੇ ਲੈ ਕੇ ਆਵਾਂਗੇ ਔਰ ਬਹੁਤ ਜ਼ਿਆਦਾ ਮੈਂ ਧੰਨਵਾਦ ਕਰਦਾ ਸਰਦਾਰ ਬਰਿੰਦਰਮੀਤ ਸਿੰਘ ਪਾੜਾ ਦਾ ਔਰ ਬਲਜੀਤ ਸਿੰਘ ਪਾੜਾ, KP ਪਾੜਾ, ਸਰਦਾਰ ਗੁਰਮੀਤ ਸਿੰਘ ਪਾੜਾ ਔਰ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਇਹ ਮੇਰੇ ਪਿੰਡ 'ਚ ਮੇਰਾ ਖਿਆਲ ਆ ਜਿੱਤ ਕੇ ਇਹ ਪਿੰਡ ਮੇਰੇ 'ਚ 4-5 ਚੱਕਰ ਲਾ ਚੁੱਕੇ ਆ, ਜੋ ਕਿ ਜੋ ਪਹਿਲਾ ਵਿਧਾਇਕ ਸੀਗਾ ਉਹ 10 ਸਾਲਾਂ 'ਚ 4 ਵਾਰੀ ਪਿੰਡ ਨਹੀਂ ਆਇਆ ਹੋਏਗਾ। ਇਹਨਾਂ ਨੇ ਹਰ ਪਿੰਡ 'ਚ ਜਿਹੜਾ ਸਾਡਾ ਵੱਡਾ ਭਾਅ ਜੀ ਸਰਦਾਰ ਗੁਰਮੀਤ ਸਿੰਘ ਪਾੜਾ ਵਾ, ਉਹਨਾਂ ਨੂੰ ਕੋਈ ਥੱਕਣ ਹੀ ਨਹੀਂ ਹੈਗਾ, ਉਹ ਜਿੰਨਾ ਚਿਰ 5-7-10 ਪਿੰਡ 'ਚੋਂ ਚਾਹ ਨਹੀਂ ਪੀਣੇ ਦੇ ਉਹਨਾਂ ਚਿਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਇੰਨੇ ਮੇਰਾ ਖਿਆਲ ਆ ਵੀ ਅਸੀਂ ਵੀ ਇੰਨਾ ਭੱਜ ਨਹੀਂ ਕਰ ਸਕਦੇ ਜਿੰਨਾ ਭਾਅ ਜੀ ਸਰਦਾਰ ਗੁਰਮੀਤ ਸਿੰਘ ਪਾੜਾ ਦੌੜ ਕਰਦੇ ਆ ਪਿੰਡਾਂ 'ਚ ਔਰ ਮੈਂ ਇਹ ਗੱਲ ਵਾਅਦੇ ਨਾਲ ਕਹਿੰਦਾ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਆ MP ਦੀ, ਉਹ ਅਸੀਂ ਬਿਲਕੁਲ ਇੱਕ ਪਿੰਡ 'ਚੋਂ ਆਪਣੇ 'ਚੋਂ ਜਿਤਾ ਕੇ ਘੱਲਾਂਗੇ ਔਰ ਸਾਰਾ ਇਲਾਕਾ ਜਿੱਤੇਗਾ ਜੀ, ਇਹ 'ਚ ਕੋਈ ਗੱਲ ਨਹੀਂ ਹੈਗੀ ਵੀ ਇਲਾਕਾ ਨਾ ਜਿੱਤੇ, ਬਿਲਕੁਲ ਜਿੱਤ ਕੇ ਘੱਲਾਂਗੇ ਅਸੀਂ ਬਰਿੰਦਰਮੀਤ ਸਿੰਘ ਝੋਲੇ ਦੀ ਪਾਵਾਂਗੇ ਜੀ ਪਾੜੇ ਦੀ। ਪਿੰਡ ਦਾ ਸਹਿਯੋਗ ਆ ਬਹੁਤ ਵਧੀਆ, ਪਿੰਡ ਵਾਲਿਆਂ ਨੇ ਤੁਹਾਡੇ 'ਤੇ ਜਿਹੜੀ ਆ ਜਿਤਾਈ ਆ, ਤੁਸੀਂ ਕੀ ਤੁਸੀਂ ਉਹਨੂੰ ਪੂਰੀਆਂ ਕਰਕੇ ਦਿਖਾਓਗੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ? ਹਾਂਜੀ ਹਾਂਜੀ, ਕਰਕੇ ਦਿਖਾਵਾਂਗੇ, ਸਰਪੰਚ ਸਾਹਿਬ ਦੇ ਸਹਿਯੋਗ ਨਾਲ ਕਰਾਂਗੇ ਔਰ ਪਾੜਾ ਸਾਹਿਬ ਦੇ ਸਹਿਯੋਗ ਦੇ ਨਾਲ ਹੀ ਕਰਾਂਗੇ ਸਰ।